ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਜਤਿੰਦਰ ਸਿੰਘ ਰਾਠੌਰ ਅਤੇ ਤੁਸੀਂ ਵੇਖ ਰਹੇ ਹੋ ਅਜੀਤ ਵੈਬ ਟੀ ਵੀ। ਬਾਰਿਸ਼ ਦੇ ਨਾਲ ਨਾਲ ਠੰਡ ਦਾ ਪੂਰਾ ਮਾਹੌਲ ਹੈ ਅਤੇ ਜਿੱਥੇ ਠੰਡ ਹੈ ਉੱਥੇ ਹੀ ਚੋਣਾਂ ਦੀਆਂ ਗਰਮੈਸ਼ ਵੀ ਦੇਖਣ ਨੂੰ ਮਿਲ ਰਹੀ ਹੈ। ਅੱਜ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਗੱਲ ਕਰੀਏ ਤਾਂ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਬੀਜੇਪੀ ਦੇ ਉਮੀਦਵਾਰ ਜੋ ਕਿ ਲੰਮੇ ਸਮੇਂ ਤੋਂ ਅਕਾਲੀ ਦਲ ਵਿੱਚ ਸੇਵਾ ਨਿਭਾ ਰਹੇ ਸਨ, ਦੀਦਾਰ ਸਿੰਘ ਭੱਟੀ, ਜਿਨ੍ਹਾਂ ਨੂੰ ਬੀਜੇਪੀ ਨੇ ਟਿਕਟ ਦੇ ਕੇ ਨਿਵਾਜਿਆ, ਉਹਨਾਂ ਵੱਲੋਂ ਅੱਜ ਸ਼ਹੀਦਾਂ ਦੀ ਪਵਿੱਤਰ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਸ਼ਹੀਦਾਂ ਦਾ ਆਸ਼ੀਰਵਾਦ ਲੈ ਕੇ ਚੋਣ ਮੁਹਿੰਮ ਸ਼ੁਰੂ ਕੀਤੀ ਗਈ ਹੈ। ਤੁਸੀਂ ਦੇਖ ਸਕਦੇ ਹੋ ਕਿ ਵੱਡੇ ਇਕੱਠ ਨਾਲ ਦੀਦਾਰ ਸਿੰਘ ਭੱਟੀ ਵੱਲੋਂ ਆਪਣੇ ਸਮਰਥਕਾਂ ਨਾਲ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਪੁੱਜ ਕੇ ਸ਼ਹੀਦਾਂ ਨੂੰ ਨਮਨ ਕੀਤਾ ਗਿਆ ਹੈ ਅਤੇ ਆਪਣੀ ਚੋਣ ਮੁਹਿੰਮ ਨੂੰ ਸ਼ੁਰੂ ਕੀਤਾ ਗਿਆ ਹੈ। ਭਾਜਪਾ ਵੱਲੋਂ ਮੈਦਾਨ ਵਿੱਚ ਉਤਾਰੇ ਗਏ ਦੀਦਾਰ ਸਿੰਘ ਭੱਟੀ ਵੱਲੋਂ ਆਪਣੇ ਸਮਰਥਕਾਂ ਨੂੰ ਲੈ ਕੇ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਸ਼ਹੀਦਾਂ ਦੀ ਪਵਿੱਤਰ ਧਰਤੀ 'ਤੇ ਮੱਥਾ ਟੇਕਣ ਲਈ ਪਹੁੰਚੇ ਹਨ। ਦੀਦਾਰ ਸਿੰਘ ਭੱਟੀ ਦੇ ਨਾਲ ਲੋਕਲ ਬਾਡੀ ਦੇ ਜੋ ਬੀਜੇਪੀ ਸਮਰਥਕ ਹਨ, ਜਿਨ੍ਹਾਂ ਵੱਲੋਂ ਲੰਮੇ ਸਮੇਂ ਤੋਂ ਬੀਜੇਪੀ ਦੇ ਨਾਲ ਜੁੜਿਆ ਹੋਇਆ ਗਿਆ ਸੀ, ਉਹਨਾਂ ਨੇ ਅੱਜ ਦੀਦਾਰ ਸਿੰਘ ਭੱਟੀ ਦੇ ਨਾਲ ਚੱਲ ਕੇ ਉਹਨਾਂ ਨੂੰ ਹੁੰਗਾਰਾ ਦਿੱਤਾ ਹੈ। ਫਤਿਹਗੜ੍ਹ ਸਾਹਿਬ ਵਿਖੇ ਮੌਜੂਦ ਹਾਂ ਦੀਦਾਰ ਸਿੰਘ ਭੱਟੀ ਦੇ ਸਮਰਥਕ, ਉਹਨਾਂ ਨੂੰ ਲੈ ਕੇ ਸ਼੍ਰੀ ਫਤਿਹਗੜ੍ਹ ਸਾਹਿਬ ਪਵਿੱਤਰ ਧਰਤੀ, ਸ਼ਹੀਦਾਂ ਦੀ ਪਵਿੱਤਰ ਧਰਤੀ ਵਿਖੇ ਪਹੁੰਚੇ ਹਨ ਅਤੇ ਉਹਨਾਂ ਵੱਲੋਂ ਅੱਜ ਸ਼ਹੀਦਾਂ ਦਾ ਆਸ਼ੀਰਵਾਦ ਲੈ ਕੇ ਆਪਣੀ ਚੋਣ ਮੁਹਿੰਮ ਨੂੰ ਸ਼ੁਰੂ ਕੀਤਾ ਜਾਵੇਗਾ। ਅਹੰ ਤਿਆਗ ਤਿਆਗੇ, ਅਹੰ ਤਿਆਗ ਤਿਆਗੇ। ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਭਾਜਪਾ ਦੇ ਉਮੀਦਵਾਰ ਦੀਦਾਰ ਸਿੰਘ ਭੱਟੀ, ਜਿਨ੍ਹਾਂ ਨੂੰ ਭਾਜਪਾ ਵੱਲੋਂ ਟਿਕਟ ਦੇ ਕੇ ਨਿਵਾਜਿਆ ਗਿਆ, ਉਹਨਾਂ ਵੱਲੋਂ ਅੱਜ ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ ਗਿਆ ਹੈ ਅਤੇ ਉਹਨਾਂ ਨੇ ਆਪਣੀ ਚੋਣ ਕੰਪੇਨ ਸ਼ੁਰੂ ਕੀਤੀ। ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਦੀਦਾਰ ਸਿੰਘ ਭੱਟੀ ਸਾਡੇ ਨਾਲ ਮੌਜੂਦ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਭੱਟੀ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ। ਭੱਟੀ ਸਾਹਿਬ, ਤੁਸੀਂ ਅੱਜ ਚੈਨਲ ਦਾ ਤੁਹਾਡਾ ਬਹੁਤ ਧੰਨਵਾਦ, ਤੁਹਾਡੇ ਸਰੋਤਿਆਂ ਦਾ ਨੂੰ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਆਪਣੇ ਸਾਰੇ ਵਰਕਰ ਸਾਹਿਬਾਨ, ਜੋ ਕਿ ਸਾਡਾ ਪਰਿਵਾਰ ਹੈ, ਉਹਨਾਂ ਨੂੰ ਨਾਲ ਲੈ ਕੇ ਪੂਰੇ ਹਲਕੇ ਦੇ ਵਿੱਚੋਂ ਔਰ ਸ਼ਹਿਰ ਦੇ ਵਿੱਚੋਂ ਭਾਰਤੀ ਜਨਤਾ ਪਾਰਟੀ ਦੇ ਸਾਰੇ ਆਗੂ ਸਾਹਿਬਾਨਾਂ ਦੇ ਨਾਲ ਮਿਲ ਕੇ ਅਸੀਂ ਜਿਹੜਾ ਹੈ ਸ਼ਹੀਦਾਂ ਦੇ ਪਵਿੱਤਰ ਅਸਥਾਨ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਨਤਮਸਤਕ ਹੋ ਕੇ ਅਸੀਂ ਆਪਣੀ ਚੋਣ ਮੁਹਿੰਮ ਦਾ ਆਗਾਜ਼ ਕੀਤਾ ਔਰ ਬਹੁਤ ਵੱਡਾ ਉਤਸ਼ਾਹ ਵਰਕਰਸ ਦੇ ਵਿੱਚ ਦੇਖਣ ਨੂੰ ਮਿਲਿਆ ਔਰ ਜਿਹੜੇ ਭਾਵੇਂ ਭਾਰਤੀ ਜਨਤਾ ਪਾਰਟੀ ਦੇ ਪੁਰਾਣੇ ਲੀਡਰ ਆਗੂ ਸਾਹਿਬਾਨ ਹੋਣ ਔਰ ਸਾਡੇ ਹਲਕੇ ਦੇ ਸਾਡੇ ਮਿੱਤਰ ਪਿਆਰੇ ਔਰ ਜਿਹੜੇ ਪੇਂਡੂ ਹਲਕੇ ਨਾਲ ਜੁੜੇ ਹੋਏ ਸਾਡੇ ਸੀਨੀਅਰ ਆਗੂ ਸਾਹਿਬਾਨ ਨੇ, ਬੜੇ ਉਤਸ਼ਾਹ 'ਚ ਨੇ ਔਰ ਪੂਰੇ ਤਕੜੇ ਤਰੀਕੇ ਦੇ ਨਾਲ ਇਹ ਚੋਣ ਅਸੀਂ ਜਿੱਤਾਂਗੇ। ਭੱਟੀ ਸਾਹਿਬ, ਵਰਕਰਾਂ ਦਾ ਕਿੰਨਾ ਕੁ ਤਾਂ ਸਹਿਯੋਗ ਮਿਲ ਰਿਹਾ ਤੁਹਾਨੂੰ, ਜਿਹੜਾ ਮਤਲਬ ਕਿ ਤੁਸੀਂ ਚੋਣ ਮੁਹਿੰਮ ਸ਼ੁਰੂ ਕੀਤੀ ਅੱਜ? ਬਹੁਤ ਆ, ਤੁਸੀਂ ਦੇਖਿਆ ਹੀ ਹੋਣਾ ਅੱਜ ਜਿਹੜਾ ਬਹੁਤ ਜ਼ਿਆਦਾ, ਮੈਂ ਸਮਝਦਾ ਕਿ ਜਿੰਨਾ ਪਿਆਰ ਦੀ ਆਸ ਮੈਨੂੰ ਸੀਗੀ ਉਦੋਂ ਦੁੱਗਣਾ ਜਿਹੜਾ ਉਤਸ਼ਾਹ ਵਰਕਰਸ ਦੇ ਵਿੱਚ ਦੇਖਣ ਨੂੰ ਮਿਲਿਆ ਔਰ ਬਹੁਤ ਪੱਬਾਂ ਭਾਰ ਨੇ ਸਾਰੇ ਔਰ ਜਿਹੜੇ ਇਸ ਲੜਾਈ ਨੂੰ ਲੜਨ ਵਾਸਤੇ, ਇਸ ਲੜਾਈ ਨੂੰ ਜਿੱਤਣ ਵਾਸਤੇ, ਅੰਜਾਮ ਤੱਕ ਪਹੁੰਚਾਉਣ ਵਾਸਤੇ, ਔਰ ਖਾਸ ਤੌਰ 'ਤੇ ਮੈਂ ਕਹਾਂਗਾ ਕਿ ਜਿਹੜੀ ਪੰਜਾਬ ਦੀ ਵਿਗੜੀ ਸੰਭਾਲਣ ਵਾਸਤੇ ਜਿਹੜੀ ਇੱਕੋ ਇੱਕ ਉਮੀਦ ਆ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਔਰ ਜਿਹੜੀ ਕਿ ਕੇਂਦਰ ਦੇ ਨਾਲ ਤਾਲਮੇਲ ਨਾਲ ਇਹਦੇ ਪੰਜਾਬ ਦੀ ਜਿਹੜੀ ਪੁਰਾਣਾ ਸਿਸਟਮ ਹੈ, ਜਿਹੜਾ ਹੱਸਦਾ ਵੱਸਦਾ ਘੁੱਗ ਵੱਸਦਾ ਪੰਜਾਬ ਸੀਗਾ, ਉਹਨਾਂ ਦਿਨਾਂ ਨੂੰ ਦੁਬਾਰਾ ਪੰਜਾਬ 'ਚ ਲੈ ਸਕੇ, ਜਿਹਦੇ ਵਿੱਚ ਕਰਜ਼ਾ ਮੁਕਤੀ ਹੋਵੇ, ਜਿਹੜੀ ਸਟੇਟ ਦੇ ਸਿਰ ਕਰਜ਼ਾ ਔਰ ਲੋਕਾਂ ਦੇ ਜਿਹੜਾ ਕਿਸਾਨ ਦੇ ਸਿਰ ਕਰਜ਼ਾ ਉਹਦੀ ਮੁਕਤੀ ਹੋਵੇ ਔਰ ਜਿਹੜੀ ਬੱਚੇ ਸਾਡੇ ਬਾਹਰ ਜਾ ਰਹੇ ਆ, ਹੋੜ ਲੱਗੀ ਹੋਈ ਆ ਕਿਉਂਕਿ ਸਾਧਨ ਘੱਟ ਆ, ਖੇਤੀ ਮੁਨਾਫੇਮੰਦ ਧੰਦਾ ਨਹੀਂ ਰਿਹਾ, ਜਿੰਨਾ ਬਿਜ਼ਨਸ ਆ ਟੋਟਲ ਬਿਜ਼ਨਸ ਜਿਹੜਾ ਉਹ ਖੇਤੀ ਨਾਲ ਆਧਾਰਿਤ ਸਾਡਾ ਟੋਟਲੀ ਸੂਬਾ ਹੈਗਾ ਔਰ ਇਹਦੇ ਐਗਰੋ ਬੇਸਡ ਇੰਡਸਟਰੀ, ਇਹਦੇ ਫਸਲਾਂ ਦਾ ਸਿਸਟਮ, ਇਹਦਾ ਬਜ਼ਾਰੀਕਰਨ ਔਰ ਇਹਦਾ ਜੋ ਵੀ
ਵਧੀਆ ਤਰੀਕੇ ਦੇ ਨਾਲ ਸਬਜ਼ੀਆਂ ਫਰੂਟ ਬੀਜੇ ਜਾਣ ਹੋਣ। ਔਰ ਬਹੁਤ ਵੱਡਾ ਜਿਹੜਾ BJP ਦਾ ਮਿਸ਼ਨ ਆ ਨਵੇਂ ਪੰਜਾਬ ਦਾ, ਉਹਦੇ ਵਿੱਚ ਇੰਡਸਟਰੀਲਾਈਜੇਸ਼ਨ, ਐਗਰੋ ਬੇਸਡ ਇੰਡਸਟਰੀ, ਔਰ ਜਿਹੜਾ ਭਾਰਤਮਾਲਾ ਦੀਆਂ ਸੜਕਾਂ ਨੇ ਸਾਰੇ ਪੰਜਾਬ ਦੇ ਵਿੱਚ ਵੱਡੀਆਂ ਬਾਰਡਰ ਰੋਡਸ ਨੇ, ਔਰ ਹੋਰ ਬਕਾਇਦਾ ਸਾਰੀਆਂ ਸਿਸਟਮ ਹੈ, ਬਕਾਇਦਾ ਉਹਨਾਂ ਕੋਲ ਰੋਡ ਮੈਪ ਆ, ਪਲੈਨ ਆ, ਉਹਦੇ ਨਾਲ ਹੀ ਇਹ ਕਲਿਆਣ ਹੋ ਸਕਦਾ। ਸੋ ਉਹਦੇ ਵਾਸਤੇ ਸਾਰੇ ਯਤਨਸ਼ੀਲ ਨੇ। ਸੋ ਇਸ ਇਲੈਕਸ਼ਨ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਯਤਨਾ ਮੈਂ ਸਮਝਦਾ ਬਹੁਤ ਜ਼ਰੂਰੀ ਆ। ਇੱਕੋ ਇੱਕ ਜਿਹੜੀ ਉਮੀਦ ਆ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਦਿਖਾਈ ਦੇ ਰਹੀ ਹੈ ਲੋਕਾਂ ਨੂੰ। ਲੋਕਾਂ ਨੂੰ ਭਾਰਤੀ ਜਨਤਾ ਪਾਰਟੀ ਦੇ ਵਿੱਚ ਇੱਕ ਵੱਡੀ ਉਮੀਦ ਦਿਖਾਈ ਦੇ ਰਹੀ ਹੈ। ਦੀਦਾਰ ਸਿੰਘ ਭੱਟੀ ਜੋ ਕਿ BJP ਦੇ ਉਮੀਦਵਾਰ ਨੇ, ਉਹਨਾਂ ਦਾ ਕਹਿਣਾ ਹੈ, ਦੀਦਾਰ ਸਿੰਘ ਭੱਟੀ ਦਾ ਪਿੰਡਾਂ ਅਤੇ ਸ਼ਹਿਰਾਂ ਵਿੱਚ ਇੱਕ ਵੱਡਾ ਹੋਲਡ ਹੈ ਅਤੇ ਇਹਨਾਂ ਦੇ ਮੈਦਾਨ ਵਿੱਚ ਆਉਣ ਤੋਂ ਬਾਅਦ ਬਾਕੀ ਉਮੀਦਵਾਰਾਂ ਨੂੰ ਵੀ ਪੂਰੀ ਤਰ੍ਹਾਂ ਚੋਣ ਮੈਦਾਨ ਵਿੱਚ ਨਿਤਰਨਾ ਹੋਵੇਗਾ। ਅਜੀਤ ਵੈਬ TV ਲਈ ਫਤਿਹਗੜ੍ਹ ਸਾਹਿਬ ਤੋਂ ਜਤਿੰਦਰ ਸਿੰਘ ਰਾਠੌਰ। ਉਹ ਕੀ ਸਵੇਰ ਦੇ ਖੇਡੀ ਜਾਂਦੇ ਹੋ ਤੁਸੀਂ? ਉਹ ਬੱਸ ਕਰੋ, ਪੜ੍ਹ ਵੀ ਲਓ ਹੁਣ। ਰੋਜ਼ਗਾਰ ਮਿਲੂਗਾ, ਦਿੱਤੀਆਂ ਘਰ ਘਰ ਨੌਕਰੀਆਂ, ਮੇਰਾ ਵੀਰਾ ਹੁਣ ਵੀ ਧੱਕੇ ਖਾਂਦਾ, ਨਾਲੇ ਨਸ਼ੇ ਕਰਦਾ। ਨਸ਼ਾ ਖਤਮ ਕਰਨ ਦੀ ਵੀ ਤਾਂ ਸੌਂਹ ਖਾਧੀ ਸੀ ਇਹਨਾਂ ਨੇ, ਕਿਸਾਨਾਂ ਦੇ ਕਰਜ਼ੇ ਮਾਫ ਕਰਨ ਦੀ ਸੌਂਹ, ਹੋ ਗਏ ਸਭ ਦੇ ਸਾਰੇ ਕਰਜ਼ੇ ਮਾਫ। ਬਾਪੂ ਦੇ ਤਾਂ ਖੇਤ ਵੀ ਬੈਂਕ ਵਾਲੇ ਲੈ ਗਏ, ਇਸ ਕਾਂਗਰਸ ਸਰਕਾਰ ਤੋਂ ਕਿਉਂ ਨਹੀਂ ਜਵਾਬ ਮੰਗਦੇ?